ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਆਪਾਂ ਫਿਰ ਜੀਰੀ ਵੱਢ ਰਹੇ ਸੀਗੇ ਅਤੇ ਆਪਣੇ ਟਰੈਕਟਰ ਉਹ ਖੜ੍ਹੇ ਨੇਗੇ, ਉਹ ਖੜ੍ਹਾ ਇੱਕ ਉੱਧਰ ਖੜਾਇਆ ਹੋਇਆ ਹੈਗਾ ਮੋਟਰ 'ਤੇ। ਆਪਣਾ ਉੱਧਰ ਖੜਾ ਗਾ, ਉਹਦੀ ਬੈਟਰੀ ਜੀ ਖਰਾਬ ਹੋ ਗਈ ਸੀਗੀ, ਹੁਣ ਸੈਲਫ ਨਾਲ ਸਟਾਰਟ ਨਹੀਂ ਹੁੰਦਾ, ਹੁਣ ਟੋਚਨ ਪਾ ਕੇ ਸਟਾਰਟ ਕਰਨਾ ਪਊਗਾ। ਸੱਠ ਆਪਣਾ ਇੱਧਰ ਖੜਾ ਗਾ ਟਰਾਲੀ ਭਰਨ ਵਾਲੀ ਉਹ, ਅਤੇ ਅੱਜ ਆਪਾਂ ਵੀ ਮਸ਼ੀਨ ਚਲਾਈ ਸੀਗੀ। ਲਓ ਜੀ ਉਹ ਟਰਾਲੀ ਆਪਾਂ ਭਰ ਕੇ ਭੇਜਦੀ ਸੀਗੀ, ਅਤੇ ਹੁਣ ਆਪਾਂ ਦੂਜੇ ਟਰਾਲੀ ਚਲਾਉਣੇ ਪਵਾ ਰਹੇ ਹਾਂ। ਇੱਕ ਟੈਂਕ ਪੈ ਗਿਆ, ਦੂਜਾ ਟੈਂਕ ਪਾ ਰਹੇ ਨੇ, ਆਹ ਜੀਰੀ ਵੱਢ ਰਹੇ ਹਾਂ ਆਪਾਂ, ਦੇਖ ਰਹੇ ਹਾਂ ਜੇ ਵੱਢੀ ਗਈ ਟਾਈਮ ਨਾਲ ਨਹੀਂ ਫਿਰ ਅਸੀਂ ਕੱਲ੍ਹ ਨੂੰ ਵੱਢਾਂਗੇ। ਕਹਿੰਦੇ ਅੱਜ ਨਹੀਂ ਫੋੜ ਬੰਦ ਕਰਨਾ, ਅੱਜ ਤਾਂ ਐਂ ਚੱਲੂ। ਇੱਕ ਜਿਹੜਾ ਲਾਤਾ ਆਪਾਂ ਪਿਆਰੇ ਦਾ ਵੀ, ਦੋ ਟਾਈਮ ਫੇਰ ਟਰਾਲੀ 'ਚ ਵੀ ਪੈ ਚੁੱਕੇ ਨੇ। ਘੰਟਾ ਡੇਢ ਘੰਟਾ ਲੱਗ ਜੂਗਾ ਇਹਨੂੰ ਵੱਢਣ ਨੂੰ, ਅਤੇ ਫੋੜਾ ਬਣਾ ਹੀ ਚੱਲੀ ਜਾਊਗਾ। ਹੁਣ 1-2 ਲੀਟਰ ਤੇਲ ਵੱਧ ਖਾ ਜੂਗਾ, ਹੋਰ ਕੀ ਆ, ਨਹੀਂ ਫਿਰ ਸਟਾਰਟ ਨਹੀਂ ਹੋਣਾ ਹੈਗਾ ਇਹਨੇ। ਦੂਆ ਟਰੈਕਟਰ ਆਪਾਂ ਘਰ ਲੈ ਗਏ ਸੀਗੇ, ਉਹ ਟਰਾਲੀ ਘਰ ਖੜਾਤੀ, ਮਸ਼ੀਨ ਨੇ ਹਾਰਨ ਮਾਰਤਾ, ਅਤੇ ਬਾਬਾ ਹੁਣ ਟਰਾਲੀ ਲੈ ਕੇ ਜਾ ਰਿਹਾ ਉੱਥੇ ਲਾਉਣਗੇ।
ਆਪਣੀ ਉੱਦਣ ਵਾਲੀ ਕਣਕ ਬੀਜੀ ਹੋਈ ਹੈ ਜੀ, ਵਧੀਆ ਨਿਕਲਿਆ ਜੀ। ਉਹ ਲੇਟ ਹੁੰਦੀ ਹੁੰਦੀ ਆ ਸੁਪਰ ਸੁਪਰ ਵਾਲੀ, ਹੌਲੀ ਹੌਲੀ ਨਿਕਲ ਆਊਗੀ ਸਭ ਤੋਂ ਜੀ। ਬਸ ਹੁਣ ਆਪਣਾ ਪਿੰਡ ਰਹਿ ਗਿਆ 1.5 ਕਿੱਲਾ, ਹੁਣ ਜਾ ਕੇ ਉਹ ਵੱਢਾਂਗੇ, ਫਿਰ ਬਸ ਆਪਣਾ ਜੀਰੀ ਦਾ ਕੰਮ ਨਿਬੜ ਜਾਣਾ, ਫਿਰ ਕਣਕ ਬੀਜਿਆ ਕਰਾਂਗੇ। ਉੱਥੇ ਆਪਾਂ ਵੱਢੇ ਸੀਗੇ ਅਤੇ ਹੁਣ ਆਪਾਂ ਪਿੰਡ ਵੱਢ ਰਹੇ ਹਾਂ ਜੀਰੀ। ਇਹ ਵੀ ਬਸ 2 ਕੁ ਗੇੜੀ ਰਹਿ ਗਏ।